ਚੰਡੀਗੜ੍ਹ ਟਾਈਮ ਟੀਵੀ ਦੀ ਟੀਮ ਇਨ੍ਹਾਂ ਦਿਨੀਂ ਸਿੱਖ ਡੇ ਪਰੇਡ ਦੀ ਕਵਰੇਜ ਕਰਨ ਲਈ ਕੈਨੇਡਾ ਦੌਰੇ ਉੱਤੇ ਹੈ। ਚੰਡੀਗੜ੍ਹ ਟਾਈਮ ਟੀਵੀ ਦੀ ਟੀਮ ਵੱਲੋਂ ਬੀਤੇ ਦਿਨੀਂ ਨਿਊਯਾਰਕ, ਸਰੀ, ਟੋਰਾਂਟੋ ਤੋਂ ਸਿੱਖ ਡੇ ਪਰੇਡ ਦਾ ਪ੍ਰਸਾਰਣ ਵਿਖਾਇਆ ਗਿਆ ਸੀ। ਇਸ ਮੌਕੇ ਉੱਤੇ ਚੰਡੀਗੜ੍ਹ ਟਾਈਮ ਟੀਵੀ ਦੀ ਟੀਮ ਵਿੱਚ ਜਿਸ ਵਿੱਚ ਚੰਡੀਗੜ੍ਹ ਟਾਈਮ ਟੀਵੀ ਦੇ ਡਾਇਰੈਕਟਰ ਸਤਵੀਰ ਸਿੰਘ ਦਰਦੀ, ਅਮਿਤਪਾਲ ਸਿੰਘ ਦਰਦੀ ਅਤੇ ਉਪਕਾਰ ਸਿੰਘ ਨੇ ਸਰੀ ਦੇ ਪੰਜਾਬ ਭਵਨ ਵਿਖੇ ਕੈਨੇਡਾ ਦੇ ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ ਸੁੱਖੀ ਬਾਟ ਫਾਊਂਡੇਸ਼ਨ ਦੇ ਚੇਅਰਮੈਨ ਸੁੱਖੀ ਬਾਟ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉੱਤੇ ਸੁੱਖੀ ਬਾਟ ਨੇ ਚੜ੍ਹਦੀਕਲਾ ਟਾਈਮ ਟੀਵੀ ਦੀ ਟੀਮ ਨੂੰ ਜੀ ਆਇਆ ਕਿਹਾ ਅਤੇ ਸਨਮਾਨ ਚਿੰਨ੍ਹ ਵੀ ਦਿੱਤੇ। ਇਸ ਮੌਕੇ ਉੱਤੇ ਸੁੱਖੀ ਬਾਟ ਫਾਊਂਡੇਸ਼ਨ ਦੇ PRO ਕਵਿੰਦਰ ਸਿੰਘ ਚਾਂਦ ਵੀ ਹਾਜ਼ਰ ਰਹੇ। ਇਸ ਮੌਕੇ ਉੱਤੇ ਚੜ੍ਹਦੀਕਲਾ ਟਾਈਮ ਟੀਵੀ ਦੇ ਦਿੱਲੀ ਤੋਂ ਡਾਇਰੈਕਟਰ ਅੰਮ੍ਰਿਤਪਾਲ ਸਿੰਘ ਨੇ ਸੁੱਖੀ ਬਾਟ ਨਾਲ ਖਾਸ ਇੰਟਰਵਿਊ ਵੀ ਕੀਤੀ।